हाँ भी चोबरो कैसे हो? ओके रिपोर्ट आ आज आप अपने चैनल पे पहली लंबी वीडियो पा रहे हो मड़ा इश्क दिखायो लाइक वगैरह करके ते सज्जन रोटी पानी खा के टौर ना सोते हुए ते अर्जेंट कॉल आ गई कि भाई दिल्ली एयरपोर्ट जाना ते जिन्ना ने अज नाल जाना वो सुल्तानपुर एरिए दे आ ते भाई हुण अर्जेंट दिल्ली जाना पै गया किसे काम तुहानू पता ही है। वैसे मैं ते कल दा थक्या होया इसलिए होर गड्डी लवा दे लगा सी ते भाई हुणी कहिंदे जाना ही ते इन्ना वा इसलिए मैं कहा ज्यादा एक्टर बनण दी की लोड़ आ चलदे आ ते सवारी पिक करके पहला अपना काम यही हुंदा कि जल्दी जल्दी तेल पाया जावे इसलिए हवेली वाले पंप रोक के टैंकी फुल करा ली आ। ਲੁਧਿਆਣੇ ਦੇ ਕੋਲ ਜਿਹੜਾ ਲਾਡੋਵਾਲ ਵਾਲਾ ਟੋਲ ਵਾ ਇਹਦਾ ਵੀ ਰੇਟ ਵੱਧ ਗਿਆ 15 ਰੁਪਏ ਹੁਣ ਮੇਰੇ ਹਿਸਾਬ ਨਾਲ 260 ਰੁਪਏ ਲੱਗਦੇ ਆ ਅਪ ਡਾਊਨ ਦੇ। ਟੋਲ ਪਲਾਜ਼ੇ ਤੋਂ ਨਿਕਲ ਕੇ ਪਹਿਲਾ ਸਟੋਪ ਲਿਆ ਸਾਹਨੇਆਣ ਵਾਲੇ ਗੋਲਡਨ ਹੱਟ ਤੇ ਕਾਲੀ ਕਾਲੀ ਵਿੱਚ ਗੱਡੀ ਵੀ ਨਹੀਂ ਸਾਫ਼ ਕਰ ਹੋਈ ਇਸ ਲਈ ਮੈਂ ਕਿਹਾ ਚਮਕਾ ਦੀਏ ਮਾੜੀ ਰੋਟੀ ਖਾਂਦੇ ਖਾਂਦੇ। ਫਿਰ ਡਰਾਈਵਰ ਰੂਮ ਪਹੁੰਚ ਕੇ ਐਂਟਰੀ ਕਰਵਾਈ ਗੱਡੀ ਕਿਹੜੀ ਆ ਸਵਾਰੀਆਂ ਕਿੰਨੀਆਂ ਵਾ ਆਹ ਥੋੜਾ ਬਹੁਤਾ ਪੁੱਛਦੇ ਹੁੰਦੇ ਆ ਗੱਡੀ ਨੰਬਰ ਜਾਂ। ਵੈਸੇ ਭਲਵਾਨ ਢਾਬੇ ਨਹੀਂ ਕਰਦੇ ਐਂਟਰੀ ਮੰਨ ਲਓ ਜੀ 8-9 ਘੰਟੇ ਦਾ ਸਫ਼ਰ ਹੈਗਾ ਵਾ ਤੇ ਰੋਟੀ ਖਾਣ ਤੋਂ ਬਾਅਦ ਲਗਭਗ 90% ਸਵਾਰੀਆਂ ਸੋ ਹੀ ਜਾਂਦੀਆਂ ਹੁੰਦੀਆਂ ਤੇ ਫਿਰ ਸਾਡਾ ਅਸਲੀ ਜਗਰਾਤਾ ਸ਼ੁਰੂ ਹੁੰਦਾ। ਅੱਛਾ ਜਦੋਂ ਸਵਾਰੀਆਂ ਸੋ ਜਾਂਦੀਆਂ ਵਾ ਮੈਂ ਤੁਹਾਨੂੰ ਦੱਸਦਾ ਫਿਰ ਮੈਂ ਕਿੱਦਾਂ ਟਾਈਮ ਪਾਸ ਕਰਦਾ। ਇੱਕ ਪੰਜਾਬ ਸਿਆਹ ਚੈਨਲ ਆ ਯੂਟਿਊਬ ਤੇ ਲਿੰਕ ਵੀ ਦੇ ਦੂੰਗਾ ਮੈਂ ਕਮੈਂਟਾਂ 'ਚ। ਵਧੀਆ ਵੀਡੀਓ ਹੁੰਦੀਆਂ ਬਾਈ ਦੀਆਂ ਸਿੱਖ ਹਿਸਟਰੀ ਦੱਸਦੇ ਆ ਤੇ ਜਾਂ ਆਜ ਤੱਕ ਵਾਲਿਆਂ ਦਾ ਕ੍ਰਾਈਮ ਤੱਕ ਇੱਥੇ ਕਤਲਾਂ ਦੀ ਜਾਣਕਾਰੀ ਦਿੰਦੇ ਆ ਕੀ ਸੀਨ ਪਿਆ ਮਤਲਬ ਤੇ ਗਾਣੇ ਲਗਭਗ 1 ਘੰਟਾ ਚੱਲਦੇ ਆ ਉਸ ਤੋਂ ਬਾਅਦ ਬੋਰ ਹੋ ਜਾਂਦੀ ਜਨਤਾ ਤੇ ਲਗਭਗ 2.5 ਘੰਟੇ ਡਰਾਈਵ ਕਰਨ ਤੋਂ ਬਾਅਦ ਅਗਲਾ ਸਟੋਪ ਲਿਆ ਆਪਾਂ 70 ਮਾਈਲ ਸਟੋਨ ਅੰਬਾਲੇ ਤੋਂ ਅੱਗੇ ਜਿੱਥੇ ਆਪਾਂ ਮਿਲਣਾ ਸੀ ਸਮਰੇ ਭਾਈ ਨੂੰ। ਇਹ ਦਿੱਲੀ ਤੋਂ ਆ ਰਹੇ ਸੀ ਕੰਮ ਸੀ ਕੋਈ ਜ਼ਰੂਰੀ ਦੱਸਣ ਵਾਲਾ ਨਹੀਂਗਾ ਤੇ ਚਾਹ ਨਾ ਫਰਾਈਆਂ ਤੇ ਮਿੱਠਾ ਖਾਣ ਤੋਂ ਬਾਅਦ ਸਮਰਾ ਭਾਈ ਆਪਣੇ ਰਸਤੇ ਚੱਲਾ ਵਾ ਤੇ ਮੈਂ ਆਪਣਾ ਸਫ਼ਰ ਸ਼ੁਰੂ ਕਰਨ ਲੱਗਾ। 20 ਕਿਲੋਮੀਟਰ ਅੱਗੇ ਸੂਦ ਏਅਰਲਾਈਨ ਟੱਕਰ ਗਏ ਉਰਫ ਮੁਕਲ ਭਾਜੀ ਤੇ 20-30 ਕਿਲੋਮੀਟਰ ਅੱਗੇ ਪਿੱਛੇ ਚੱਲਦੀ ਰਹੀ ਗੱਡੀ ਮੈਂ ਕਿਹਾ ਸ਼ਾਇਦ ਡਰਾਈਵਰ ਆਇਆ ਵਾ ਪਰ ਬਾਊ ਜੀ ਹੁਣੀ ਆਪ ਹੀ ਸੀ ਤੇ ਭਾਈ ਨੂੰ ਰੀਲਾਂ ਪਾਉਣ ਦਾ ਬਹੁਤ ਸ਼ੌਂਕ ਆ ਇਸ ਲਈ ਮੈਂ ਕਿਹਾ ਬਣਾ ਦਿੰਨੇ ਆ ਚੱਲ ਤੇ ਫਿਰ ਦੋਨਾਂ ਨੇ ਸਲਾਹ ਕਰਕੇ ਅਗਲਾ ਸਟਾਪ ਲਿਆ ਮੁਰਥਲ ਭਲਵਾਨ ਦੇ ਢਾਬੇ। ਵੈਸੇ ਵੀ ਆਪਣੀ ਗੱਡੀ ਇੱਥੇ ਰੁਕ ਕੇ ਜਾਂਦੀ ਆ ਲਗਭਗ ਫਿਰ ਮੂੰਹ ਹੱਥ ਧੋ ਕੇ ਦਿਨ ਦੀ ਸ਼ੁਰੂਆਤ ਕਰਤੀ ਆ ਤੇ ਦਿਨ ਦੀ ਸ਼ੁਰੂਆਤ ਆਪਾਂ ਕਰ ਰਹੇ ਆ ਪਰੌਂਠੇ ਨਾਲ ਮੁਗਲ ਭਾਈ ਕਹਿ ਰਿਹਾ ਸੀ ਤੇ 20-25 ਮਿੰਟ ਬਾਅਦ ਆਪਣੀ ਸਵਾਰੀ ਹੋ ਚੁੱਕੀ ਸੀ ਫ੍ਰੀ ਇਸ ਲਈ ਆਪਾਂ ਚੱਲੇ ਆ। ਮੁਗਲ ਭਾਈ ਵਾਲੀ ਗੱਡੀ ਇੱਥੇ ਰਹੂਗੀ ਤੇ ਉਧਰੋਂ ਰਜਨੀਸ਼ ਤੇ ਉਧਰੋਂ ਰਜਨੀਸ਼ ਭਾਈ ਵੀ ਆ ਚੁੱਕੇ ਆ ਮੈਦਾਨ 'ਚ ਪਰ ਆਪਣਾ ਟਾਈਮ ਓਵਰ ਹੋ ਰਿਹਾ ਸੀ ਇਸ ਲਈ ਮੈਂ ਕਿਹਾ ਫਿਰ ਕਿਤੇ ਚਾਹ ਪੀਨੇ ਆ ਭਾਜੀ ਨਾਲ। ਨਾਲੇ ਦਿੱਲੀ ਆਪਾਂ ਐਂਟਰ ਹੋਣਾ  7:30 ਤੇ ਦਿੱਲੀ 8-9 ਵਜੇ ਦੇ ਵਿੱਚ ਪੂਰਾ ਰਸ਼ ਹੁੰਦਾ ਕਿਉਂਕਿ ਲੋਕੀ ਕੰਮਾਂ ਕਾਰਾਂ ਤੇ ਜਾਂਦੇ ਆ ਇਹ ਟਾਈਮ ਤੇ 9 ਵਜੇ ਦੀ ਡ੍ਰੌਪਿੰਗ ਆ ਆਪਣੀ ਇਸ ਲਈ ਮੈਂ ਕਿਹਾ ਨਿਕਲੋ ਪਰ ਫਿਰ ਵੀ ਜਾਮ ਮਿਲ ਹੀ ਗਿਆ। ਚਲੋ ਜ਼ਿੰਦਗੀ ਆ ਮਹਾਰਾਜ ਤੇ ਫਾਈਨਲੀ 9 ਵਜੇ 'ਚ 2 ਮਿੰਟ ਪਹਿਲਾਂ ਸਵਾਰੀ ਨੂੰ ਲੋਕੇਸ਼ਨ ਤੇ ਡ੍ਰੌਪ ਕਰ ਦਿੱਤਾ ਜੇ ਤੇ ਹੁਣ ਆਪਾਂ ਚੱਲੇ ਆ ਏਅਰਪੋਰਟ ਦੀ ਕਾਰਗੋ ਪਾਰਕਿੰਗ ਤੇ ਅਗਲੀ ਪਿਕਅਪ ਆਪਣੀ ਸ਼ਾਮ ਦੇ 6 ਵਜੇ ਦੀ ਆ ਲਗਭਗ 8-9 ਘੰਟੇ ਦੀ ਵੇਟਿੰਗ ਆ ਇਸ ਲਈ ਆਰਾਮ ਨਾਲ ਜਾਮ ਵਿੱਚ ਦੀ ਹੁੰਦੇ ਹੋਏ ਪਹੁੰਚ ਗਏ ਏਅਰਪੋਰਟ ਦੀ ਕਾਰਗੋ ਪਾਰਕਿੰਗ ਤੇ ਆਪਣੀ ਬਾਕੀ ਜਨਤਾ ਵੀ ਪਹੁੰਚੀ ਹੋਈ ਸੀ ਪਹਿਲਾਂ ਹੀ ਇਸ ਲਈ ਇੱਕੋ ਗੱਡੀ 'ਚ ਬਹਿ ਕੇ ਗੱਲਾਂ ਬਾਤਾਂ ਮਾਰਦੇ ਰਹੇ ਤੇ ਅੱਜ ਇੱਕ ਡਾਰਕ ਰਿਐਲਿਟੀ ਸ਼ੇਅਰ ਕਰਦੇ ਆ ਤੁਹਾਡੇ ਨਾਲ ਸਾਡੇ ਕੰਮ ਦੀ। ਕਈ ਵਾਰੀ ਪ੍ਰੈਸ਼ਰ ਪੈਣ ਤੇ ਜੰਗਲ ਪਾਣੀ ਦਾ ਜਗਾੜ ਵੀ ਨਹੀਂ ਹੁੰਦਾ ਪਾਰਕਿੰਗਾਂ 'ਚ ਜੇ ਹੁੰਦਾ ਵਾ ਫਿਰ ਪਾਣੀ ਨਹੀਂ ਹੁੰਦਾ ਉਹਨਾਂ ਵਿੱਚ ਤੇ ਜਦੋਂ ਪਾਣੀ ਭਰ ਲਈਏ ਪਹਿਲਾ ਸਮਾਨ ਦੇਖ ਕੇ ਇੱਛਾ ਹੀ ਨਹੀਂ ਰਹਿੰਦੀ ਫਿਰ ਹਲਕੇ ਹੋਣ ਦੀ। ਵੈਸੇ ਆਪਾਂ ਤਾਂ ਲੱਗੇ ਬੰਨੇ ਪੈਟਰੋਲ ਪੰਪ ਦੇਖ ਲਈਦਾ ਕੋਈ ਜਾਂ ਹਸਪੀਟਲ ਵੜ ਜਾਈਦਾ ਇਹ ਚੀਜ਼ ਨੂੰ ਮਨਾ ਨਹੀਂ ਕਰਦਾ ਕੋਈ ਤੇ ਮੁਗਲ ਭਾਈ ਲੱਗਦਾ ਟਰੱਕਾਂ ਵਾਲੇ ਗੱਡਾ ਢੇਰੀ ਕਰ ਰਹੇ ਆ ਮਤਲਬ ਕੁੱਲ ਮਿਲਾ ਕੇ ਭਾਈ ਜਿੱਦਾਂ ਦਾ ਕੰਮ ਆ ਬੰਦਾ ਉਦਾਂ ਦਾ ਐਡਜਸਟ ਹੋ ਜਾਂਦਾ ਤੇ ਬੈਠੇ ਬੈਠੇ 24-24 ਕ੍ਰਿਸਟਾ ਵਾਲੇ ਜੀਤਾ ਭਾਈ ਵੀ ਮਿਲਣ ਲੱਗੇ ਤੇ 5 ਮਿੰਟ ਗੱਲਾਂ ਬਾਤਾਂ ਮਾਰ ਕੇ ਭਾਈ ਹੁਣੀ ਤੇ ਚੱਲੇ ਆ ਪਰ ਆਪਾਂ ਨੂੰ ਹਜੇ ਹੋਰ ਵੇਟ ਕਰਨੀ ਪੈਣੀ। 2 ਘੰਟੇ ਸੌ ਕੇ 5 ਵਜੇ ਮੈਂ ਕਿਹਾ ਹੁਣ ਗੱਡੀ ਰੈਡੀ ਕਰ ਲਈਏ। ਲਓ ਵੀ ਗੱਡੀ ਚਮਕਾਤੀ ਆ ਤੇ ਆਪ ਵੀ ਕੱਛੇ ਬਨੈਣ ਚੋਂ ਪੈਂਟ ਸ਼ਰਟ 'ਚ ਆ ਗਏ ਆ ਤੇ ਨਾਲ ਲੱਗਦੇ ਹੱਥ ਮੈਂ ਕਿਹਾ ਪਾਣੀ ਦੀ ਬੋਤਲ ਵੀ ਭਾਰੀ ਲੈਨੇ ਆ ਪਰ ਬਾਈ ਜੀ ਦਿੱਲੀ 'ਚ ਪਾਣੀ ਨਹੀਂ ਮਿਲਿਆ ਕਿਸੇ ਕੋਲੋਂ ਮਤਲਬ ਬਾਈ ਇੰਨਾ ਬੁਰਾ ਹਾਲ ਆ ਦਿੱਲੀ 'ਚ ਤੇ ਫਿਰ ਹਾਰ ਕੇ 1/2 ਕਿਲੋਮੀਟਰ ਪਿੱਛੇ ਜਾ ਕੇ ਦੁਕਾਨ ਤੋਂ ਹੀ ਲੈ ਕੇ ਆਉਣੀ ਪਈ ਪਾਣੀ ਦੀ ਬੋਤਲ। ਏਅਰਪੋਰਟ ਨੂੰ ਜਿਹੜੀਆਂ ਇੰਡੋ ਕੈਨੇਡੀਅਨ ਚੱਲਦੀਆਂ ਉਹ ਵੀ ਇਸੇ ਪਾਰਕਿੰਗ 'ਚ ਆ ਤੇ ਬਾਈ ਬੱਸ ਦੇਖੋ ਕਿੰਨੀ ਘੈਂਟ ਆ। ਓਕੇ ਰਿਪੋਰਟ ਆ ਨਾ ਤੇ ਉਧਰੋਂ ਸਵਾਰੀ ਦਾ ਵੀ ਫੋਨ ਆ ਚੁੱਕਾ ਸੀ ਕਿ ਅਸੀਂ ਬਾਹਰ ਆ ਗਏ ਆ ਇਸ ਲਈ ਸ਼ੁਕਰ ਆ ਤੇ ਪਾਰਕਿੰਗ 'ਚੋਂ ਸਵਾਰੀ ਨੂੰ ਪਿਕ ਕਰਕੇ ਹੁਣ ਜੰਗ ਲੜਨੀ ਪੈਣੀ ਦਿੱਲੀ ਦੇ ਟ੍ਰੈਫਿਕ ਨਾਲ ਕਿਉਂਕਿ 6 ਵਜੇ ਦਾ ਪਿਕਅਪ ਦਾ ਟਾਈਮ ਸੀ ਤੇ 6 ਤੋਂ ਲੈ ਕੇ 8 ਤੱਕ ਦਿੱਲੀ 'ਚ ਪੂਰਾ ਰਸ਼ ਹੁੰਦਾ ਕਿਉਂਕਿ ਹੁਣ ਲੋਕੀ ਘਰਾਂ ਨੂੰ ਵਾਪਸ ਜਾਂਦੇ ਆ ਤੇ ਸਾਡੇ ਕੰਮ 'ਚ ਵੀ ਪ੍ਰੋਮੋਸ਼ਨ ਹੁੰਦੀ ਆ ਬੰਦੇ ਦੀ। ਉਹ ਕਿੱਦਾਂ ਆਇਓ ਦੱਸਦਾ, ਇੱਕ ਡਰਾਈਵਰ ਹੁੰਦਾ ਇੱਕ ਪਾਇਲਟ ਹੁੰਦਾ। ਜਿਹੜਾ ਬੰਦਾ ਦਿੱਲੀ 'ਚੋਂ ਗੱਡੀ ਬਿਨਾਂ ਝਰੀਟੇ ਕੱਢ ਲਿਆ ਉਹਨੂੰ ਪਾਇਲਟ ਕਹਿ ਦਿੰਦੇ ਆ ਤੇ ਜਿੰਨੇ ਹਜੇ ਦਿੱਲੀ ਨਹੀਂ ਲਾਈ ਉਹ ਡਰਾਈਵਰ ਹੀ ਆ। ਤੇ ਭਾਈ ਨੇ ਸ਼ੀਸ਼ੇ ਦੇਖੋ ਕਿੰਨਾ ਕੁਝ ਲਿਖਾਇਆ ਹੋਇਆ, ਇਹ ਕਿਸੇ ਦਾ ਐਕਸੀਡੈਂਟ ਕਰਾਉ ਪਤੰਦਰ ਕਿਉਂਕਿ ਸਾਰਾ ਧਿਆਨ ਤੇ ਪੜਨ 'ਚ ਹੀ ਚੱਲ ਜਾਂਦਾ। ਤੇ ਭਾਈ ਆਪਾਂ ਦਿੱਲੀ 'ਚੋਂ ਬਾਹਰ ਨਿਕਲ ਆਏ ਆ ਪਰ ਆਹ ਵਿਚਾਰੇ ਜੰਗ 'ਚ ਸ਼ਾਮਲ ਹੋਣ ਜਾ ਰਹੇ ਆ ਤੇ ਹੁਣ ਕਿਤੇ ਰੋਕ ਕੇ ਕੀਤਾ ਜਾਵੇ ਡਿਨਰ ਸ਼ਾਂਤੀ ਨਾਲ, ਇਸ ਲਈ ਭਲਵਾਨ ਢਾਬੇ ਰੋਕਦੇ ਆ ਤੇ ਮੂੰਹ ਹੱਥ ਧੋ ਕੇ ਰੋਟੀ ਪਾਣੀ ਖਾ ਕੇ ਤੇ ਹੁਣ ਮੈਂ ਕਿਹਾ ਚਲੋ ਬਬਲ ਗਮ ਲੈ ਲੈਨੇ ਆ ਰਸਤੇ ਲਈ। ਤੇ ਮੇਰਾ ਅੱਜ ਧਿਆਨ ਪਿਆ ਇਹ 20 ਦੀਆਂ 6 ਟੋਫੀਆਂ ਹੁੰਦੀਆਂ ਵਾ ਜਦਕਿ 20 ਦੀਆਂ 20 ਬਬਲ ਗਮ ਆਉਂਦੀਆਂ ਪਰ ਇਹ ਇਹਨਾਂ ਨੇ ਰੱਖੀਆਂ ਹੀ ਨਹੀਂ। ਕਮਾਲ ਆ ਬਿਜ਼ਨਸ। ਫਿਰ ਭਾਈ ਨਾਲ ਝਟ ਗੱਲਾਂ ਬਾਤਾਂ ਮਾਰੀਆਂ ਕਿਉਂਕਿ ਵੀਡੀਓ ਵਗੈਰਾ ਦੇਖਦੇ ਆ ਜਾਂਦੇ ਜਾਂਦੇ ਇੱਕ ਮੈਂ ਕਿਹਾ ਹੈਲ ਵੀ ਫਾੜ ਹੀ ਲੈਨੇ ਆ ਰਸਤੇ ਨੀਂਦ ਵਗੈਰਾ ਉਹ ਪੀਲ ਤੇ ਲਊਂਗਾ ਤੇ ਰਿਐਲਿਟੀ ਵਾਲੀ ਗੱਲ ਆ ਜੋ ਨਜ਼ਾਰਾ ਰਾਤ ਨੂੰ ਗੱਡੀ ਚਲਾ ਕੇ ਆਉਂਦਾ ਨਾ ਉਹ ਦਿਨੇ ਨਹੀਂ ਆਉਂਦਾ ਤੇ ਫਿਰ ਸਿੱਧਾ ਆਪਾਂ ਰੁਕੇ ਹੀ ਸਾਹਨੇਆਲ ਵਾਲੇ ਗੋਲਡਨ ਹੱਟ। ਮੈਂ ਕਿਹਾ ਕਾਫੀ ਪੀ ਲਈਏ ਘੁੱਟ ਕਿਉਂਕਿ ਸਰੀਰ ਕੜਾ ਹੋ ਜਾਊਗਾ ਫਿਰ ਤੇ ਜਲੰਧਰ ਇੱਕ ਜਗ੍ਹਾ ਰੁਕਣਾ ਹੀ ਕਿਸੇ ਹਸਪੀਟਲ। ਵੈਸੇ
ਸਵਾਰੀ ਆਪਾਂ ਬਾਇਜ਼ਤ ਬਰੀ ਕਰਤੀ ਆ ਆਪਣੀ ਲੋਕੇਸ਼ਨ ਤੇ, ਤੇ ਉਧਰੋਂ ਸੋਖਣਾ ਦਿਨ ਵੀ ਚੜ੍ਹ ਆਇਆ ਸੀਗਾ ਤੇ ਵਾਪਸ ਜਾਂਦੇ ਹਾਂ ਆਹ ਭਾਈ ਹੁਣੀ ਮਿਲੇ, ਇਹ ਕਿਸੇ ਸਕੂਲ ਬੱਸ ਦੇ ਕੰਡਕਟਰ ਆ ਤੇ ਰੋਡ ਤੇ ਕਾਹਲੀ ਕਾਹਲੀ ਤੁਰੀ ਜਾ ਰਹੇ ਸੀ, ਮੈਨੂੰ ਲੱਗਿਆ ਸ਼ਾਇਦ ਲੇਟ ਹੋ ਗਿਆ ਇਸ ਲਈ ਮੈਂ ਗੱਡੀ ਰੋਕ ਲਈ ਆਪ ਹੀ। ਵੈਸੇ ਆਪਾਂ ਇੱਦਾਂ ਕਦੀ ਬੰਦਾ ਬਿਠਾਈ ਦਾ ਨਹੀਂਗਾ ਗੱਡੀ ਦਾ, ਪਰ ਸਿਚੁਏਸ਼ਨ ਦਾ ਹਿਸਾਬ ਕਿਤਾਬ ਜਿਹਾ ਲਾ ਕੇ ਬਿਠਾ ਲੈਣਾ ਚਾਹੀਦਾ ਕਦੀ ਕਦੀ। ਤੇ ਹੁਣ ਘਰੇ ਜਾ ਕੇ ਬਾਊ ਜੀ ਹੁਣੀ 2-3 ਘੰਟੇ ਸੌਣਗੇ ਤੇ ਅਗਲੇ ਗੇੜੇ ਦੀ ਕਹਾਣੀ ਅਗਲੇ ਵਲੌਗ 'ਚ। ਬਾਕੀ ਜੇ ਆਪਣੀ ਲੰਬੀ ਵੀਡੀਓ ਵਧੀਆ ਲੱਗੀ ਤਾਂ ਜਾਂਦੀ ਜਾਂਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਜਿਓ ਤੇ ਚੈਨਲ ਨੂੰ ਕਰ ਲਓ ਫੋਲੋ। ਧੰਨਵਾਦ।